ਬੜੀਆ ਸਤਿ ਸ਼੍ਰੀ ਅਕਾਲ ਪੰਜਾਬ ਕੀ ਹਾਲ ਚਾਲ ਮੇਰੇ ਸਾਰੇ ਦੋਸਤਾਂ ਦਾ ਕਾਫੀ ਲੰਬੇ ਸਮੇਂ ਤੋਂ ਮੈਂ ਕੋਈ ਯੂਟਿਊਬ ਵੀਡੀਓ ਨਹੀਂ ਸੀ ਪਾਈ ਹੈਗੀ ਤੋ ਥੋੜ੍ਹਾ ਬਿਜ਼ੀ ਹੋਣ ਕਰਕੇ ਅਤੇ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਿਆ ਹੈਗਾ ਅਤੇ ਹੁਣ ਤੁਹਾਨੂੰ ਕੰਟੀਨਿਊ ਵੀਡੀਓ ਮਿਲਿਆ ਕਰਨਗੀਆਂ ਹੁਣ ਆਪਾਂ ਨਵੇਂ ਸਫ਼ਾ ਦੀ ਸ਼ੁਰੂਆਤ ਕਰਨ ਲੱਗ ਗਏ ਹਾਂ ਤੁਹਾਨੂੰ ਮੈਂ ਸਾਰਾ ਦੱਸਾਂਗਾ ਮੈਂ ਵੀਡੀਓ ਕਿਉਂ ਨਹੀਂ ਪਾਈ ਇੰਨੇ ਟਾਈਮ ਬਾਅਦ ਵੀਡੀਓ ਕਿਉਂ ਪਾਉਣ ਲੱਗਾ ਵਾਂ ਸੋ ਉਹਦੇ ਬਾਅਦ ਦੀਆਂ ਗੱਲਾਂ ਨੇ ਅਤੇ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਕਿਵੇਂ ਜਾਣਾ ਹੈ ਕਿੱਥੇ ਜਾਣਾ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਦੱਸਣਾ ਕਿ ਤੁਹਾਨੂੰ ਵੀ ਪਤਾ ਲੱਗ ਜਾਣਾ ਸੋ ਮਿਲਦੇ ਹਾਂ ਰਸਤੇ ਵਿੱਚ ਅਸੀਂ ਆ ਗਏ ਹਾਂ ਘਰੋਂ ਬਾਹਰ ਅਤੇ ਆਪਾਂ ਇਸ ਟਾਈਮ ਆ ਗਏ ਹਾਂ ਜਰਮਨੀ ਅਤੇ ਚੱਲੇ ਹਾਂ ਗੁਰੂ ਘਰ ਇਸ ਟਾਈਮ ਵੇਟ ਕਰ ਰਹੇ ਸੀ ਆਪਣੀ ਬੱਸ ਦੀ ਇਹ ਇੱਥੋਂ ਦਾ ਬੱਸ ਸਟੈਂਡ ਅਤੇ ਉਹ ਸਾਡੀ ਬੱਸ ਵੀ ਆ ਗਈ ਹੈ ਇਸ ਤੋਂ ਬਾਅਦ ਆਪਾਂ ਜਾਵਾਂਗੇ ਉਹਨੂੰ ਉਹ ਬਸ ਜਿਹਨੂੰ ਕਿ ਆਪਣੇ ਮੈਟਰੋ ਦੇ ਬੱਸ ਸਟੋਪ ਉੱਤਰ ਕੇ ਹੁਣ ਅਸੀਂ ਜਾ ਰਹੇ ਹਾਂ ਮੈਟਰੋ ਇੱਥੇ ਉਹਨੂੰ ਕਹਿ ਦਿੰਦੇ ਨੇ ਐਸ ਬਾਨ ਆ ਗਏ ਹੁਣ ਮੈਟਰੋ ਸਟੇਸ਼ਨ 'ਤੇ ਡਬਲ ਡੋਰ ਆ ਰਹੇ 'ਚ ਉੱਤਰ ਕੇ ਹੁਣ ਅੱਗੇ ਸਫ਼ਰ ਕੰਟੀਨਿਊ ਫਿਰ ਇੱਕ ਟ੍ਰਾਮ 'ਚ ਪੈਣਾ ਉਹ ਸੋਰੀ ਫਿਰ ਇੱਕ ਟ੍ਰੇਨ 'ਚ ਪੈਣਾ ਤੁਹਾਨੂੰ ਵੀ ਦੱਸਿਆ ਸਟੇਸ਼ਨ ਤੋਂ ਬਾਹਰ ਆ ਕੇ ਆ ਏਰੀਆ ਹੁਣ ਅਸੀਂ ਜਾਣਾ ਬੱਸ 'ਤੇ ਟ੍ਰੇਨ ਨਹੀਂ ਜਾਣੀ ਇੱਥੋਂ ਅੱਗੇ ਬੱਸ ਜਾਣੀ ਬੱਸ ਹੁਣ ਆਪਾਂ ਟਰੈਵਲ ਕਰਨ ਲੱਗੇ ਹਾਂ ਬੱਸ ਵਿੱਚ ਬੱਸ 'ਚ ਉਤਰ ਕੇ ਹੁਣ ਪਤਾ ਆਪਾਂ ਫਿਰ ਬੱਸ 'ਚ ਬਹਿਣਾ ਕਿ ਟ੍ਰੇਨ 'ਚ ਬਹਿਣਾ ਉਹ ਕੋਈ ਨਹੀਂ ਆਪਾਂ ਐਪ 'ਤੇ ਦੇਖ ਲੈਂਦੇ ਹਾਂ ਬਟ ਇੱਕ ਗੱਲ ਬਹੁਤ ਇੱਥੋਂ ਦੀ ਇੱਥੋਂ ਦਾ ਨਾ ਟਰਾਂਸਪੋਰਟ ਸਿਸਟਮ ਬਹੁਤ ਵਧੀਆ ਹੈ ਕਨੈਕਟੀਵਿਟੀ ਬਹੁਤ ਸੋਹਣੀ ਹੈ ਟ੍ਰੇਨਾਂ ਬੱਸਾਂ ਟਰਾਮਾਂ ਬਹੁਤ ਸੋਹਣੀ ਚੱਲਦੀ ਬਾਕੀ ਕੋਈ ਨਾ ਆਪਾਂ ਟਰਾਂਸਪੋਰਟ ਰਿਲੇਟਡ ਵੀਡੀਓ ਬਣਾਵਾਂਗੇ ਬਹੁਤ ਜਲਦੀ ਲੋਕਾਂ ਦੇ ਘਰ ਬਾਹ ਕਮਾਲ ਨੇ ਤਾਂ ਹੀ ਤਾਂ ਆਪਣੇ ਪੰਜਾਬੀਆਂ ਨੂੰ ਤਰਸਦੇ ਨੇ ਇਹਨਾਂ ਕੰਟਰੀਆਂ ਵਿੱਚ ਕੋਈ ਗੰਦ ਨਹੀਂ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਹਰਿਆਲੀ ਤੋਂ ਗੁਰਦੁਆਰਾ ਦੇ ਰਾਹ ਨੂੰ ਅਤੇ ਹੁਣ ਗੁਰੂ ਘਰ ਜਾ ਕੇ ਦਰਸ਼ਨ ਕਰਦੇ ਹਾਂ ਬਾਕੀ ਨਜ਼ਾਰੇ ਦੇਖੇ ਇੱਧਰ ਗੁਰਦੁਆਰਾ ਸਾਹਿਬ ਖੁਦ ਵੀ ਦਰਸ਼ਨ ਕਰਦੇ ਹਾਂ ਤੇ ਤੁਹਾਨੂੰ ਵੀ ਦਰਸ਼ਨ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਹੈਗੀ ਹੈ ਉਹ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਮੈਨਸ਼ਨ ਕਰ ਦਿੰਦਾ ਵਾਂ ਅਤੇ ਹੋ ਸਕਦਾ ਕਿ ਡਿਸਕ੍ਰਿਪਸ਼ਨ ਵਿੱਚ ਲਿੰਕ ਵੀ ਪਾ ਦਾਂਗਾ ਅਤੇ ਜੇ ਕਿਸੇ ਸੰਗਤ ਦਰਸ਼ਨ ਕਰਨ ਆਏ ਹੋਣ ਸੰਗਤ ਦਰਸ਼ਨ ਕਰਨ ਆ ਸਕਦੇ ਬਸੰਤ ਸਵਰਗ ਲੋਕ ਹੈ ਜਿਤੇ ਪ੍ਰਥਵੀ ਨਵ ਖੰਡਣਾ ਬਸੰਤ ਹਰ ਗੋਪਾਲ ਨਾਨਕ ਦੇ ਪ੍ਰਾਣੀ ਪੁਰਿਆਨ ਧਰਮਣ ਹੈ ਦਰਸ਼ਨ ਕਰਕੇ ਪਿੱਛੇ
स्टेशन इतने आप ट्रेन फड़नी दर्शन करके तो हूँ आप लंगर हाल ਤੁਹਾਨੂੰ ਲੰਗਰ ਹਾਲ ਦੇਖਾ ਇਹ ਹੈਗਾ ਇੱਥੋਂ ਲੰਗਰ ਹਾਲ ਮੈਨੂੰ ਹੁਣ ਸਿਸਟਮ ਪਤਾ ਨਹੀਂ ਹੈਗਾ ਕਿਤੇ ਮੈਂ ਕਿਹਾ ਬਾਬਾ ਜੀ ਗੁੱਸੇ ਨਾ ਹੋਣਾ ਇਸ ਕਰਕੇ ਤੁਹਾਨੂੰ ਮੋਟਾ ਮੋਟਾ ਦਿਖਾ ਦਿੰਦੇ ਹਾਂ ਇਹ ਹੈਗਾ ਜਿੱਥੋਂ ਗੁਰੂ ਘਰ ਦਾ ਲੰਗਰ ਘਰ ਦਰਸ਼ਨ ਕਰਕੇ ਅਸੀਂ ਆ ਗਏ ਗੁਰੂ ਘਰ ਤੋਂ ਬਾਹਰ ਅਤੇ ਅੱਜ ਸ਼ਾਇਦ ਬੁੱਧਵਾਰ ਕਿ ਵੀਰਵਾਰ ਹੈ ਤਾਂ ਕਰਕੇ ਸੰਗਤ ਨੇ ਕਿ ਜਿਹੜੇ ਸੰਡੇ ਨੇ ਇੱਥੇ ਕਾਫੀ ਸੰਗਤ ਆਉਂਦੀ ਹੈ ਪਹਿਲਾਂ ਗੁਰੂ ਘਰ ਇੱਥੋਂ ਦਾ ਸਿਟੀ ਜਿਹੜੀ ਬਰਨੀ ਉਹਦੇ ਵਿੱਚ ਸੀ ਅਤੇ ਹੁਣ ਇਹਨਾਂ ਨੇ ਇੱਥੇ ਬਰਨੀ ਤੋਂ 17 ਕਿਲੋਮੀਟਰ ਦੂਰ ਪਿੰਡ ਹੈ ਕੋਈ ਉੱਥੇ ਗੁਰਦੁਆਰਾ ਸਾਹਿਬ ਦੀ ਆਪਣੀ ਜਗ੍ਹਾ ਲੈ ਕੇ ਅਤੇ ਇੱਥੇ ਹੁਣ ਗੁਰਦੁਆਰਾ ਸਾਹਿਬ ਉਹਨਾਂ ਨੇ ਸਥਾਪਿਤ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਬਾਕੀ ਲੋਕੇਸ਼ਨ ਹੈ ਜਗ੍ਹਾ ਬਹੁਤ ਸੋਹਣੀ ਗੁਰੂਆਂ ਨੇ ਜੋ ਗੱਲ ਕਹੀ ਸੀ ਕਿ ਪਵਨ ਗੁਰੂ ਪਾਣੀ ਪਿਤਾ ਉਹ ਇੱਥੇ ਸਾਬਤ ਹੁੰਦੀ ਹੈ ਵਾਕਈ ਬਹੁਤ ਸੋਹਣੀ ਲੋਕੇਸ਼ਨ ਹੈ ਹਰਿਆਲੀ ਬਹੁਤ ਇੱਥੇ ਦਰਸ਼ਨ ਕਰਕੇ ਪਹੁੰਚ ਗਏ ਹਾਂ ਘਰ ਅਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰਿਓ ਵੀਡੀਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਮਿਲਦੇ ਅਗਲੀ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ।